ਚਲੋ ਮੈਂ ਤਾਂ ਤਰੀਕੀ ਕਕੜਾਈ ਅੱਜ ਆ ਜਾ ਵੀ ਮਿੱਤਰਾ ਮੁੰਡੇ ਦੀ ਆਰਸੀ ਤੇ ਕਰਾਈਏ ਉਸ ਤੋਂ ਬਾਅਦ ਚੱਲਦੇ ਦੋਸਤੋ ਆਪਾਂ ਆਏ ਸੀਗੇ ਥੋੜ੍ਹੀ ਸ਼ੋਪਿੰਗ ਕਰਨ ਅਤੇ ਆਪਣੇ ਬੰਦੇ ਦੇ ਨਾ ਆਰ ਸੀ ਟੀ ਕਰਨੀ ਆ ਦੰਦ ਉਦ ਸਾਰੇ ਕਨੈਕਸ਼ਨ ਕੱਢ ਦਿੰਦੇ ਹਾਂ ਆਪਾਂ ਅਤੇ ਫਿਰ ਉਸ ਤੋਂ ਬਾਅਦ ਚੱਲਦੇ ਹਾਂ ਆਪਾਂ ਸ਼ੋਪਿੰਗ ਕਰਨ ਦੇਖੋ ਅੱਜ ਆਪਾਂ ਇੱਕ ਛੋਟੀ ਜਿਹੀ ਚੀਜ਼ ਲੈ ਰਹੇ ਹਾਂ ਮਤਲਬ ਬਾਏ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਉਹ ਮਤਲਬ ਮਿਲਣ ਦੀ ਛੋਟੀ ਜਿਹੀ ਚੀਜ਼ ਅੱਜ ਕਿਉਂ ਹਾਣੀ ਆਹ ਬੰਦੇ ਦੀ ਆਪਾਂ ਆਰ ਸੀ ਟੀ ਕਰਾ ਲਈ ਆਪਾਂ ਬੰਦਾ ਹੁਣ ਖੁਸ਼ 500 ਰੁਪਈਆ ਮਤਲਬ ਲਗਾ ਕੇ 2000 ਹੋਰ ਦੇਣਾ ਇਹਨੇ ਤੂੰ ਵਿਚਾਰਾ ਟੀਕਾ ਲਾ ਕੇ ਮੂੰਹ ਸੋਨੂੰ ਕੀਤਾ ਬੋਲ ਨਹੀਂ ਹੋ ਰਿਹਾ ਤੂੰ ਆਹ ਬੰਦਾ ਸਾਨੂੰ ਲੈ ਕੇ ਜਾ ਰਿਹਾ ਕਹਿੰਦਾ ਮੈਂ ਕਹਿੰਦਾ ਸ਼ਾਇਦ ਤੁਹਾਨੂੰ ਮਿਲ ਜੇ ਹੈਲੀਕਾਪਟਰ 'ਚ ਨਾ ਮਿਲਿਆ ਤਾਂ ਸੁਣਾ ਸਹੀ ਵਾਪਸ ਮੁੜ ਜਾਵਾਂਗੇ ਦੋਸਤੋ ਆਪਾਂ ਲੈ ਲਿਆ ਆਪਣਾ ਹੈਲੀਕਾਪਟਰ ਠੀਕ ਹੈ ਨਾ ਹੁਣ ਆਪਾਂ ਚਲੀਏ ਘਰ ਨੂੰ ਮਾਰਕ ਪਿਸਟਲ ਨਹੀਂ ਸਾਨੂੰ ਮਿਲੀ ਯਾਰ ਆਹ ਦੁਕਾਨ ਤੋਂ ਪੁੱਛਿਆ ਸੀਗਾ ਪਿਸਟਲ ਬਟ ਨਹੀਂ ਮਿਲੀ ਅਤੇ ਕੋਈ ਬਾਤ ਨਹੀਂ ਕਿੱਦਾਂ ਓਕੇ ਆ ਭਾਈ ਸਾਹਿਬ ਆਪਾਂ ਘਰ ਜਾ ਰਹੇ ਹਾਂ ਹੁਣ ਅਤੇ ਸਾਡਾ ਹੁਣ ਆਪਾਂ ਹੈਲੀਕਾਪਟਰ ਲੈਣ ਆਏ ਸੀਗੇ ਉਹ ਤਾਂ ਮਿਲ ਗਿਆ ਅਤੇ ਸਾਨੂੰ ਆਪਾਂ ਹੁਣ ਜਿਹੜੀ ਆਪਾਂ ਗੰਨ ਲੈਣੀ ਸੀ ਉਹ ਨਹੀਂ ਮਿਲੀ ਆਪਾਂ ਦੇਖਦੇ ਹਾਂ ਕਿ ਔਨਲਾਈਨ ਮੰਗਾ ਕੇ ਭਾਈ ਪਾਣੀ ਵੀ ਪੀ ਲੈਂਦੇ ਆ ਆ ਰਿਆਸ਼ ਨਹੀਂ ਪੁੱਤ ਕੋਈ ਰਿਐਕਸ਼ਨ ਨਹੀਂ ਕੋਈ ਰਿਐਕਸ਼ਨ ਨਹੀਂ ਥੈਂਕ ਯੂ ਤਾਂ ਕਰਦੇ ਮੈਨੂੰ ਚਾਚੇ ਨੂੰ ਚਾਚਾ ਥੈਂਕ ਯੂ ਕਹਿ ਦੋਸਤੋ ਆਪਾਂ ਹੁਣ ਹੈਲੀਕਾਪਟਰ ਜਿਹੜਾ ਲਿਆਂਦਾ ਸੀਗਾ ਅਤੇ ਇਹਨੂੰ ਆਪਾਂ ਹੁਣ ਚਾਰਜ 'ਤੇ ਲਗਾਇਆ ਆ ਅਤੇ ਨੈਕਸਟ ਵਲੋਗ ਵਿੱਚ ਇਹਦਾ ਮੈਂ ਤੁਹਾਨੂੰ ਫਲਾਇੰਗ ਟੈਸਟ ਜ਼ਰੂਰ ਦਿਖਾਊਂਗਾ ਅਤੇ ਅੱਜ ਦੀ ਸ਼ੋਪਿੰਗ ਆਪਾਂ ਇਹ ਕੀਤੀ ਆਪਣੇ ਰਿਆਂਸ਼ ਵਾਸਤੇ ਐਕਚੁਲੀ ਇਹਦੇ ਵਿੱਚ ਥੱਲੇ ਮੈਂ ਆਪਣਾ ਕੈਮਰਾ ਲਗਾਉਣਾ ਆ ਅਤੇ ਫਿਰ ਦੇਖਦੇ ਹਾਂ ਅਗਰ ਫਲਾਈ ਕਰ ਪਾਉਂਦਾ ਕਿ ਨਹੀਂ ਓਕੇ ਗਾਇਜ਼ ਥੈਂਕ ਯੂ